ਪੰਜਾਬ ਦੇ ਵਿੱਚ VOTING ਖਤਮ ਹੋਣ ਤੋਂ ਬਾਅਦ ਪੰਜਾਬ ਕਾਂਗਰਸ ਦੇ ਰਾਜਨੀਤਿਕ ਮਾਹੌਲ ਦੇ ਵਿੱਚ ਇੱਕ ਸਿਆਸੀ ਤਲਖੀ ਆ ਚੁੱਕੀ ਹੈ ਜਿਸ ਦਾ ਕਾਰਨ ਹੈ ਨਵਜੋਤ ਸਿੱਧੂ ਤੇ ਉਸ ਦੇ ਬਿਆਨ ਸਾਡੇ ਨਾਲ ਇਸ ਵਕਤ ਮੌਜੂਦ ਨੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕੋਈ ਸਵਾਲ ਜਵਾਬ ਕਰਾਂਗੇ ਉਹਨਾਂ ਨਾਲ ਨਵਜੋਤ ਸਿੱਧੂ ਨੇ ਜੋ ਬਿਆਨ ਦਿੱਤਾ ਪੰਜਾਬ 'ਚ ਗਲਤ ਦਿੱਤਾ ਹੈ ਕਾਂਗਰਸ ਪਾਰਟੀ ਨੂੰ ਢਾਹ ਲਾਉਣ ਵਾਲਾ ਦਿੱਤਾ ਹੈ ਇੱਕ ਪੈਸਾ ਨੁਕਸਾਨ ਦਾ ਦੋ ਪੈਸਾ ਹੁੰਦਾ ਇਹ ਉਹਦੇ ਤੇ ਇਲਜ਼ਾਮ ਹੈ ਸਾਡਾ ਜਦੋਂ ਮੈਦਾਨੇ ਜੰਗ ਦੇ ਵਿੱਚ ਕਾਂਗਰਸ ਪਾਰਟੀ ਜਿੱਤਣ ਵਾਸਤੇ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਬਣਾਉਣ ਵਾਸਤੇ ਸਾਰੀ ਕਾਂਗਰਸ ਦਾ ਜ਼ੋਰ ਲੱਗਿਆ ਹੋਵੇ ਉਹ ਇੱਥੇ ਆ ਕੇ ਇਸ ਤਰ੍ਹਾਂ ਦੀ ਗਲਤ ਬਿਆਨੀ ਕਰੇ ਜਿਸ ਨਾਲ ਫਾਇਦਾ ਅਕਾਲੀ ਦਲ ਤੇ ਭਾਜਪਾ ਨੂੰ ਪਹੁੰਚੇ ਇਹ ਕਿਸੇ ਨੂੰ ਵੀ ਮਨਜ਼ੂਰ ਨਹੀਂ ਸਰ ਇਹ ਦੇਖਿਆ ਗਿਆ ਕਿ ਵੋਟਾਂ ਦੇ ਦੌਰਾਨ ਵੀ ਉਹ ਸਿੱਧੂ ਜਿਹੜਾ ਜੋੜਾ ਹੈਗਾ ਉਹ ਚੁੱਪ ਨਹੀਂ ਰਿਹਾ ਤੇ ਉਹਦੇ ਵਾਈਫ ਨਵਜੋਤ कौर ਸਿੱਧੂ ਨੇ ਇਹ ਬਿਆਨ ਦਿੱਤਾ ਸੀ ਕਿ ਉਹਨਾਂ ਦੀ ਟਿਕਟ ਕੱਟੀ ਗਈ ਹੈ ਤੇ ਕੈਪਟਨ ਮਰਿੰਦਰ ਨੇ ਕੱਟੀ ਹੈ ਕੈਪਟਨ ਮਰਿੰਦਰ ਵੱਲੋਂ ਇਹ ਦੋਸ਼ ਖਾਰਜ ਕੀਤੇ ਗਏ ਨੇ ਪਰੰਤੂ ਸਿੱਧੂ ਨੇ ਇਹ ਕਿਹਾ ਕਿ ਉਹਦੀ ਪਤਨੀ ਦੇ ਵਿੱਚ ਹੌਸਲਾ ਹੈ ਸੱਚ ਬੋਲਣ ਦਾ ਦੇਖੋ ਇਹ ਜਿੱਥੇ ਜਾਂਦੇ ਨੇ ਜਿਹੜੀ ਪਾਰਟੀ ਜਿਹੜੇ ਉਹਦਾ ਨੁਕਸਾਨ ਕਰਦੇ ਨੇ ਪਹਿਲਾਂ ਬੀਜੇਪੀ 'ਚ ਰਹੇ ਅਕਾਲੀ ਦਲ ਬੀਜੇਪੀ ਸਰਕਾਰ 'ਚ ਦੇ ਘਰ ਵਾਲੀ ਮਨਿਸਟਰ ਰਹੀ ਹੈ ਕੁੜੀ ਉਹਨੇ ਆਪਣੇ ਜਿਹੜੇ ਸੀਨੀਅਰ ਵਰਜੀਲ ਸੀ ਬੀਜੇਪੀ ਦੇ ਉਹਨਾਂ ਦੇ ਖਿਲਾਫ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ ਸਾਰਿਆਂ ਦੇ ਖਿਲਾਫ ਇਹ ਜਿੱਥੇ ਜਾਂਦੇ ਨੇ ਉੱਥੇ ਸੂਣ ਖੜੀ ਰੱਖਦੇ ਨੇ ਇਹ ਜਿਹੜੀ ਪਾਰਟੀ ਜਾਣਗੇ ਉਹਦਾ ਨੁਕਸਾਨ ਕਰਨਗੇ ਤੇ ਬੀਤੇ ਕੱਲ ਸੀਐਮ ਕਪਤਨ ਓਰਿੰਦਰ ਸਿੰਘ ਦੇ ਵੱਲੋਂ ਦਿੱਤਾ ਗਿਆ ਜੀ ਬਿਆਨ ਕਿ ਸਿੱਧੂ ਉਹਨਾਂ ਦੀ ਜਗ੍ਹਾ ਤੇ ਆਉਣਾ ਚਾਹੁੰਦੇ ਨੇ ਸਰ ਇਹਦਾ ਦੇਖੀਏ ਮਤਲਬ ਤਾਂ ਇੱਕ ਬਹੁਤ ਵੱਡੀ ਗੱਲ ਲੱਗ ਰਹੀ ਹੈ ਇਹਦੇ ਪਿੱਛੇ ਬਿਲਕੁਲ ਉਹਦਾ ਕਦ ਜੇ ਛੋਟਾ ਸਿੱਧੂ ਸਾਹਿਬ ਦਾ ਅਜੇ 2.5 ਸਾਲ ਕਾਂਗਰਸ ਪਾਰਟੀ ਨੂੰ ਆਏ ਹੁੰਦੇ ਨੇ ਪਹਿਲਾਂ ਹੀ ਬਹੁਤ ਵੱਡਾ ਅਹੁਦਾ ਮਿਲ ਗਿਆ ਇਹ ਨਹੀਂ ਸੀ ਮਿਲਣਾ ਚਾਹੀਦਾ ਇਹਨਾਂ ਨੂੰ ਛੋਟਾ ਜਿਹਾ ਅਹੁਦਾ ਮਿਲਣਾ ਚਾਹੀਦਾ ਵੇਟ ਕਰਨ ਤੋਂ ਬਾਅਦ 10-20 ਸਾਲ ਬੰਦਾ ਕੰਮ ਕਰੇ ਫਿਰ ਪਤਾ ਲੱਗਦਾ ਪਾਰਟੀ ਦੇ ਕਿਹਨੇ ਪੋਸਟਰ ਲਾਏ ਨੇ ਕਿਹਨੇ ਦਰੀਆਂ ਉਚਾਈਆਂ ਸੀ ਜਿਹੜੇ ਮਿਹਨਤ ਨਾਲ ਆਏ ਨੇ ਇਹ ਤਾਂ ਛੱਕੇ ਚੌਕੇ ਮਾਰਦੇ ਹਾਕੀ ਚੋਂ ਆ ਗਏ ਜਿਹੜਾ ਕ੍ਰਿਕਟ ਚੋਂ ਉਦੋਂ ਬਾਅਦ ਆ ਜਿਹੜਾ ਟੀਵੀ ਦਾ ਸ਼ੋਅ ਹੈ ਉਹਦੇ ਚੋਂ ਆ ਗਏ ਨਾ ਇਹ ਟੀਵੀ ਸ਼ੋਅ ਹੈ ਨਾ ਛੱਕਾ ਚੌਕਾ ਹੈ ਦੇਸ਼ ਨੂੰ ਚਲਾਉਣਾ ਤੇ ਟੀਵੀ ਸ਼ੋਅ 'ਚ ਫਰਕ ਬਹੁਤ ਹੈ ਤੇ ਪੰਜਾਬ ਦੇ ਬਾਕੀ ਜਿਹੜੇ ਕੈਬਨਿਟ ਮਿਨਿਸਟਰ ਨੇ ਜੀ ਉਹ ਵੀ ਸਿੱਧੂ ਦੇ ਖਿਲਾਫ ਖੜੇ ਹੋ ਗਏ ਨੇ ਤੇ ਹਾਈ ਕਮਾਂਡ ਨੂੰ ਹੁਣ ਕੀ ਸ਼ਿਕਾਇਤ ਕੀਤੀ ਜਾਏਗੀ ਤੂੰ ਸਾਡਾ ਕੋਈ ਦੁਸ਼ਮਣ ਨਹੀਂ ਹੈ ਇਹ ਪਾਰਟੀ ਤੌਰ ਤੇ ਸਾਰੀ ਇਕੱਠੇ ਆ ਨਾ ਕੋਈ ਸਾਡੀ ਸਾਰਿਆਂ ਦੀ ਰਿਸ਼ਤੇਦਾਰੀ ਹੈ ਇਹੀ ਰਿਸ਼ਤੇਦਾਰੀ ਹੈ ਕਿ ਕਾਂਗਰਸ ਪਾਰਟੀ ਚ ਕੰਮ ਕਰਦੇ ਆ ਜਿਹੜਾ ਬੰਦਾ ਕਾਂਗਰਸ ਪਾਰਟੀ ਦੇ ਖਿਲਾਫ ਚੱਲੇਗਾ ਕੋਈ ਵੀ ਚੱਲੇ ਉਹਦੇ ਮੈਂ ਤਾਂ ਨਿੱਜੀ ਤੌਰ ਤੇ ਖਿਲਾਫ ਸਿੱਧੂ ਕਿਸੇ ਨੂੰ ਮੰਨਦੇ ਨਹੀਂ ਜੀ ਪੰਜਾਬ ਦੇ ਵਿੱਚ ਕੁਝ ਹੋਰ ਕਹਿ ਰਿਹਾ ਵੀ ਮੈਂ ਤਾਂ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਤਾਂ ਭੇਜਿਆ ਹੋਇਆ ਬੰਦਾ ਨਹੀਂ ਸੋਨੀਆ ਗਾਂਧੀ ਰਾਹੁਲ ਗਾਂਧੀ ਨੇ ਭੇਜਿਆ ਵੈਲਕਮ ਹੈ ਲੇਕਿਨ ਉਹਨੂੰ ਇਹ ਪਾਸਪੋਰਟ ਨਹੀਂ ਦਿੱਤਾ ਉਹਨੂੰ ਇਹ ਨਹੀਂ ਦੇ ਕੇ ਭੇਜਿਆ ਕਿ ਪੰਜਾਬ ਜਾ ਕੇ ਕਾਂਗਰਸ ਨੂੰ ਖਰਾਬ ਕਰੇ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਹੋਏਗੀ ਜੀ ਉਹਦੇ ਖਿਲਾਫ ਸ਼ਿਕਾਇਤ ਜਾਂ ਕੋਈ ਹਾਈ ਕਮੈਂਡ ਨੂੰ ਹਾਈ ਕਮੈਂਡ ਨੂੰ ਆ ਸੁਣ ਹੀ ਲੈਣਾ ਮੇਰਾ ਕਿਹਾ ਸਾਰੀਆਂ ਟੀਵੀਆਂ ਤੇ ਚੈਨਲਾਂ ਦੇ ਸਾਰਾ ਗਿਆ ਵੀ ਜਿੰਨੀ ਉਹਨੇ ਗਲਤੀ ਕੀਤੀ ਉਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਕੀ ਮੰਨ ਕੇ ਚੱਲੇ ਜੀ ਸਿੱਧੂ ਦਾ ਅਹੁਦਾ ਜਾ ਸਕਦਾ ਕੈਬਨਿਟ ਮਿਨਿਸਟਰ ਦਾ ਉਹ ਤਾਂ ਆਪ ਕਹਿੰਦਾ ਮੈਂ ਛੱਡ ਦੇਣਾ ਛੱਡ ਜੇ ਜਲਦੀ ਕੰਮ ਬੁੱਕਦਾ ਹੋਏ ਸੋ ਐਸ ਐਂਸ ਹਾਊਸਿੰਗ ਧਰਮਸੋਜੀ ਜਿਨ੍ਹਾਂ ਨੇ ਦੱਸਿਆ ਕਿ ਨਵਜੋਤ ਸਿੱਧੂ ਦੇ ਬਿਆਨ ਨੇ ਜਿਹੜੇ ਉਹ ਬਿਲਕੁਲ ਹੀ ਗਲਤ ਨੇ ਉਹਨਾਂ ਨੂੰ ਇਹਨਾਂ ਨੇ ਖਾਰਜ ਕਰ ਦਿੱਤਾ ਤੇ ਉਹ ਕੈਪਟਨ ਮਰੀਂਦਰ ਦੀ ਸੀਟ ਵੱਲ ਦੇਖ ਕੇ ਗੱਲ ਕਰ ਰਿਹਾ ਹੈ ਜਦੋਂ ਕਿ ਉਹ ਇੱਕ ਪੈਰਾਸ਼ੂਟ ਰਾਹੀਂ ਉਤਰਿਆ ਹੋਇਆ ਲੀਡਰ ਹੈ ਤੇ ਉਹਨੂੰ ਐਡੇ ਐਡੇ ਵੱਡੇ ਖਾਬ ਨਹੀਂ ਦੇਖਣੇ ਚਾਹੀਦੇ ਚੰਡੀਗੜ੍ਹ ਤੋਂ ਕੈਮਰਾਮੈਨ ਸੁਨੀਲ ਦੇ ਨਾਲ ਸੁਸ਼ੀਲ ਖਰਚਾ ਕੈਨੇਡਾ ਐਸ ਡੀ ਐਸ ਪ੍ਰਣਾਲੀ ਦੇ ਅੰਦਰ 1 ਸਾਲ ਦੀ ਫੀਸ 1 ਸਾਲ ਦੀ ਜੀ ਆਈ ਸੀ ਅਤੇ ਆਇਲਸ ਵਿੱਚ 6 ਈਚ ਬੈਂਡ ਹੁਣ ਲਾਜ਼ਮੀ ਕਰ ਦਿੱਤੇ ਗਏ ਹਨ ਸੋ ਜੇ ਤੁਸੀਂ ਸਪਟੰਬਰ ਐਸ ਡੀ ਐਸ ਸਕੀਮ ਤਹਿਤ ਅਪਲਾਈ ਕਰਨਾ ਚਾਹੁੰਦੇ ਹੋ ਅੱਜ ਹੀ ਕੰਟੈਕਟ ਕਰੋ 92563 92563